ਪੰਜਾਬ ਦੀ ਵਿੱਚ ਰਹਿੰਦੇ ਹੋਏ ਗਰੀਬ ਜਨਤਾ ਦੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਉਹਨਾਂ ਜਨਤਾ ਨਾਲ, ਉਹਨਾਂ ਨੂੰ ਮੇਰੀ ਭੈਣਾਂ ਔਰ ਵੀਰ ਜੋ ਯਾ ਤਾਂ ਦੂਜੇ ਸੂਬਿਆਂ ਤੋਂ ਉਰੇ ਆ ਕੇ ਉਰੇ ਕੰਮ ਕਰਦੇ ਨੇ, ਔਖੀ ਘੜੀ ਦੇ ਵਿੱਚ ਜਿਹੜੇ ਹੁਣ ਲੰਘ ਰਹੇ ਨੇ, ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਇਹ ਬਿਮਾਰੀ, ਹਿੰਦੁਸਤਾਨ ਦੇ ਵਿੱਚ ਪੂਰੀ ਫੈਲੀ ਹੋਈ ਹੈ ਔਰ ਲੋਕ ਆਪਣੇ ਘਰਾਂ ਜਾਣਾ ਚਾਹੁੰਦੇ ਨੇ। ਅਤੇ ਹੁਣ ਉਹਨਾਂ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਇੰਨਾ ਕੰਮ ਕੀਤਾ ਹੈ, ਉਹਨਾਂ ਨੂੰ 10,000 ਰੁਪਏ ਆਪਣੇ ਉਹਨਾਂ ਦੀ ਹਿਸਾਬ ਉਹਨਾਂ ਦੇ ਜੇਬਾਂ ਦੇ ਵਿੱਚ ਪਾਓ। ਤੁਸੀਂ ਕਮ ਸੇ ਕਮ ਆਪਣੀ ਸਰਕਾਰ ਇਹ ਕਰ ਸਕਦੀ ਹੈ ਕਿ ਜਿਹੜੇ ਲੋਕ ਗਰੀਬ ਵੱਸਦੇ ਨੇ ਔਰ ਦੇਸ਼ ਦਾ ਕੰਮ ਕਰਦੇ ਨੇ ਔਰ ਸਾਡੇ ਅੰਨ ਪੈਦਾ ਕਰਦੇ ਨੇ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਇੰਨਾ ਤਾਂ ਕਰ ਸਕਦੀ ਹੈ ਆਪਣੀ ਸਰਕਾਰ। ਉੱਥੇ ਆਜ਼ਾਦੀ ਦਿਓ ਕਿ ਉੱਥੇ ਵੀ ਕੰਮ ਕਰ ਲੈਣ ਤਾਂ ਕਿ ਉਹ ਕਮਾ ਲੈਣ ਔਰ ਇਹ 200 ਦਿਨ ਅਸੀਂ ਪੂਰੇ ਹੋ ਸਕਦੇ ਨੇ। ਤਰੀਕੇ ਨਾਲ ਸੈਂਟਰ ਨੂੰ ਆਪਾਂ ਇਹ ਆਪਣੀ ਆਵਾਜ਼ ਪਹੁੰਚਾਈਏ ਕਿ ਆਹ ਜਿਹੜੀਆਂ ਗੱਲਾਂ ਸਾਡੀਆਂ ਹੈ ਆਪਣੇ ਪੰਜਾਬ ਦੇ ਲਈ, ਪੰਜਾਬ ਦੀ ਵਿੱਚ ਰਹਿੰਦੇ ਹੋਏ ਗਰੀਬ ਜਨਤਾ ਦੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਉਹਨਾਂ ਜਨਤਾ ਨਾਲ, ਉਹਨਾਂ ਨੂੰ ਮੇਰੀ ਭੈਣਾਂ ਔਰ ਵੀਰ ਜੋ ਜਾਂ ਤਾਂ ਦੂਜੇ ਸੂਬਿਆਂ ਤੋਂ ਉਰੇ ਆ ਕੇ ਉਰੇ ਕੰਮ ਕਰਦੇ ਨੇ ਸਾਡੇ ਵਾਸਤੇ, ਜਾਂ ਸਾਡੇ ਸੂਬੇ ਦੇ ਵਿੱਚ ਰਹਿਣ ਵਾਲੇ BPL ਦੇ ਵਿੱਚ ਨੇ, ਬੜੇ ਗਰੀਬ ਜਨਤਾ ਇੱਥੇ ਵੀ ਵੱਸਦੀ ਹੈ ਬੜੀ ਪੰਜਾਬ ਦੇ ਵਿੱਚ, ਸਾਡੇ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਔਖੀ ਘੜੀ ਦੇ ਵਿੱਚ ਜਿਹੜੇ ਹੁਣ ਲੰਘ ਰਹੇ ਨੇ, ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਇਹ ਬਿਮਾਰੀ, ਹਿੰਦੁਸਤਾਨ ਦੇ ਵਿੱਚ ਪੂਰੀ ਫੈਲੀ ਹੋਈ ਹੈ ਔਰ ਲੋਕ ਆਪਣੇ ਘਰਾਂ ਜਾਣਾ ਚਾਹੁੰਦੇ ਨੇ। ਅਤੇ ਹੁਣ ਉਹਨਾਂ ਨੂੰ ਜਿਨ੍ਹਾਂ ਨੇ ਦੇਸ਼ ਵਾਸਤੇ ਇੰਨਾ ਕੰਮ ਕੀਤਾ ਹੈ, ਉਹਨਾਂ ਨੂੰ 10,000 ਰੁਪਏ ਆਪਣੇ ਉਹਨਾਂ ਦੀ ਹਿਸਾਬ ਉਹਨਾਂ ਦੇ ਜੇਬਾਂ ਦੇ ਵਿੱਚ ਪਾਓ। ਤੁਸੀਂ ਕਮ ਸੇ ਕਮ ਆਪਣੀ ਸਰਕਾਰ ਇਹ ਕਰ ਸਕਦੀ ਹੈ ਕਿ ਜਿਹੜੇ ਲੋਕ ਗਰੀਬ ਵੱਸਦੇ ਨੇ ਔਰ ਦੇਸ਼ ਦਾ ਕੰਮ ਕਰਦੇ ਨੇ ਔਰ ਸਾਡੇ ਅੰਨ ਪੈਦਾ ਕਰਦੇ ਨੇ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ, ਇੰਨਾ ਤਾਂ ਕਰ ਸਕਦੀ ਹੈ ਆਪਣੀ ਸਰਕਾਰ। 10,000 ਰੁਪਏ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਜੇਬ ਦੇ ਵਿੱਚ ਤੁਸੀਂ ਪਾਓ, ਔਰ ਜਿਹੜੀ ਮਨਰੇਗਾ ਹੈ ਜਿੱਥੇ ਉਹ ਕੰਮ ਕਰ ਸਕਦੇ ਨੇ, ਜਿਹੜੇ ਅੱਜ 100 ਦਿਨ ਵਾਸਤੇ ਮਨਰੇਗਾ ਇਸਤੇਮਾਲ ਦਿੰਦੇ ਹੋ ਕਿਸੇ ਨੂੰ, ਉੱਥੇ ਜਾ ਕੇ ਉੱਥੇ ਆਪਣੀ ਦਿਹਾੜੀ ਕਮਾ ਸਕਦੇ ਨੇ, ਉਹਨੂੰ 200 ਦਿਨ ਕੀਤਾ ਜਾਵੇ ਇੱਕ ਤਾਂ ਉਹ। ਔਰ ਫਿਰ ਇਹ ਮਨਰੇਗਾ ਹੁਣ ਦੇਖੋ ਹੁਣ ਝੋਨੇ ਦੀ ਆਪਣੀ ਬਿਜਾਈ ਹੋ ਰਹੀ ਹੈ, ਉੱਥੇ ਆਜ਼ਾਦੀ ਦਿਓ ਕਿ ਉੱਥੇ ਵੀ ਕੰਮ ਕਰ ਲੈਣ ਤਾਂ ਕਿ ਉਹ ਕਮਾ ਲੈਣ ਔਰ ਇਹ 200 ਦਿਨ ਅਸੀਂ ਪੂਰੇ ਹੋ ਸਕਦੇ ਨੇ। ਤੋ ਇਹ ਦੋ ਚੀਜ਼ਾਂ ਅਸੀਂ ਇਹ ਕਹੀਆਂ ਨੇ ਕਿ ਜਲਦੀ ਤੋਂ ਜਲਦੀ ਇਹ ਗੱਲ ਇਹ ਆਪਾਂ ਨੂੰ ਕਰਨੀ ਚਾਹੀਦੀ। ਔਰ ਫਿਰ ਕਈ ਨੇ ਜਿਹੜੇ ਤੁਸੀਂ ਆਪਣੀ ਛੋਟੀ ਛੋਟੀ ਕੋਈ ਦੁਕਾਨ ਲਾਉਣਾ ਚਾਹੁੰਦੇ, ਮਾਈਕਰੋ ਇੰਡਸਟਰੀ ਕਹਿ ਲਓ ਉਹਨੂੰ, ਸਮਾਲ ਸਕੇਲ ਇੰਡਸਟਰੀ ਕਹਿ ਲਓ ਜਾਂ ਮੀਡੀਅਮ ਸਕੇਲ ਇੰਡਸਟਰੀ ਕਹਿ ਲਓ, ਉੱਥੇ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਸਰਕਾਰ, ਦਿੱਲੀ ਦੀ ਸਰਕਾਰ ਜਿਹੜੀ ਸਾਡੀ ਗਵਰਨਮੈਂਟ ਆਫ ਇੰਡੀਆ ਹੈ, ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਆਪਣਾ ਕੰਮ, ਤੁਹਾਡਾ ਕਾਰੋਬਾਰ, ਛੋਟੀ ਦੁਕਾਨ ਲਾਉਣੀ ਹੈ ਤੁਸੀਂ, ਛੋਟੀ ਕੋਈ ਤੁਸੀਂ 2-4 ਬੰਦਿਆਂ ਨੂੰ ਜੋੜ ਕੇ ਆਪਣਾ ਕੋਈ ਕੰਮ ਸ਼ੁਰੂ ਕਰਨਾ ਹੈ, ਲੋਹੇ ਦਾ ਕੰਮ ਹੋਏ, ਕਿਸੇ ਚੀਜ਼ ਦਾ ਵੀ ਕੰਮ ਹੋਏ, ਉਹਦੇ ਵਾਸਤੇ ਜਿੰਨੇ ਤੁਹਾਨੂੰ ਪੈਸੇ ਲੱਗਦੇ ਨੇ ਉਹ ਗਵਰਨਮੈਂਟ ਆਫ ਇੰਡੀਆ ਨੂੰ ਦੇਣੇ ਚਾਹੀਦੇ ਨੇ। ਫਿਰ ਅਗਰ ਇੱਕ ਬੰਦਾ ਕੰਮ ਕਰੂਗਾ ਉਹ 4-3-4 ਨੂੰ ਨਾਲ ਜੋੜ ਲੂਗਾ, 4-5 ਦੀ ਨੌਕਰੀ ਹੋ ਜਾਂਦੀ ਹੈ ਇਸ ਤਰੀਕੇ ਨਾਲ। ਸੋ ਇਹ ਗੱਲਾਂ ਕਰਨੀਆਂ ਬੜੀ ਜ਼ਰੂਰੀ ਸੀ ਕਿ ਸਾਡਾ, ਔਰ ਕਾਂਗਰਸ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਇਹ ਚੀਜ਼ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਦੇ ਦਿਨ ਇਹ ਸਾਰਿਆਂ ਨੂੰ ਦੱਸਿਆ ਜਾ ਰਿਹਾ, ਔਰ ਜਿਹੜੇ ਜਿਹੜੇ ਵੀ ਸਾਡੇ ਪਾਰਟੀ ਦੇ ਵਰਕਰ ਨੇ, ਪਰ ਸਾਡੇ ਕਾਂਗਰਸ ਪਾਰਟੀ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਹੁੰਦਾ ਹੈ, ਕਿ ਇਹ ਗੱਲ ਆਪਣੇ ਲੋਕਾਂ ਨਾਲ, ਸਾਥੀਆਂ ਨਾਲ ਕਰੋ ਤੁਸੀਂ ਕਿ ਇਹ ਇੱਕ ਤਰੀਕੇ ਨਾਲ ਸੈਂਟਰ ਨੂੰ ਆਪਾਂ ਇਹ ਆਪਣੀ ਆਵਾਜ਼ ਪਹੁੰਚਾਈਏ ਕਿ ਆਹ ਜਿਹੜੀਆਂ ਗੱਲਾਂ ਸਾਡੀਆਂ ਹੈ ਆਪਣੇ ਪੰਜਾਬ ਦੇ ਲਈ ਔਰ ਪੂਰੇ ਹਿੰਦੁਸਤਾਨ ਦੇ ਲਈ। ਇਹ ਪੰਜਾਬ ਦੀ ਗੱਲ ਨਹੀਂ ਸਿਰਫ, ਮੈਂ ਤਾਂ ਪੰਜਾਬ 'ਚ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਪੰਜਾਬੀ 'ਚ ਬੋਲ ਰਿਹਾ, ਤੁਹਾਡੇ ਵਾਸਤੇ ਬੋਲ ਰਿਹਾ ਜੋ ਪੰਜਾਬ ਦੇ ਨੇ, ਵੱਖ ਵੱਖ ਸੂਬਿਆਂ ਦੇ ਵਿੱਚ ਆਪਣੇ ਆਪਣੇ ਲੋਕਾਂ ਨਾਲ, ਉੱਥੇ ਦੇ ਸਾਡੇ ਕਾਂਗਰਸ ਦੇ ਆਗੂ ਉੱਥੇ ਗੱਲ ਕਰਨਗੇ, ਸਾਡੇ ਵਜ਼ੀਰ ਉੱਥੇ ਗੱਲ ਕਰਨਗੇ ਜਾਂ ਚੀਫ ਮਿਨਿਸਟਰ ਉੱਥੇ ਗੱਲ ਕਰਨਗੇ। ਆਪਾਂ ਸਾਰੇ ਇਸ ਦੇਸ਼ ਦੇ ਵਾਸੀ ਹਾਂ ਔਰ ਇਹ ਸਾਰੇ ਦੇਸ਼ ਦੀ ਜਿਹੜਾ ਅਗਰ ਜਿਹੜੀ ਇਹ ਸਮੱਸਿਆ ਆਈ ਹੈ ਉਹਦਾ ਸਾਹਮਣਾ ਵੀ ਆਪਾਂ ਨੇ ਰਲ ਕੇ ਕਰਨਾ ਹੈ, ਜੈਸੇ ਤੁਸੀਂ ਵੀ ਇਹਦਾ ਰਲ ਕੇ ਕੀਤਾ, ਔਰ ਇਹ ਦੇਖ ਲਓ ਜਿਸ ਤਰੀਕੇ ਨਾਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਇੱਥੋਂ ਪੰਜਾਬ ਤੋਂ ਮਾਈਗਰੈਂਟ ਜਿਹੜੇ ਇੱਥੋਂ ਲੋਕ ਦਿਹਾੜੀਦਾਰ ਨੇ ਔਰ ਆਪਣੇ ਘਰਾਂ ਜਾਣਾ ਚਾਹੁੰਦੇ ਸੀ, ਉੜੀਸਾ ਜਾਣਾ ਹੈ, ਛੱਤੀਸਗੜ੍ਹ ਜਾਣਾ ਹੈ, ਤੁਸੀਂ ਝਾਰਖੰਡ ਜਾਣਾ ਹੈ, ਬਿਹਾਰ ਜਾਣਾ ਹੈ, UP ਜਾਣਾ ਹੈ, ਸਾਨੂੰ ਦੱਸਤਾ ਤੁਸੀਂ ਕਿ ਅਸੀਂ ਜਾਣਾ ਹੈ। ਇੱਕ ਸਾਡਾ ਇਹੋ ਜਿਹਾ ਕੋਈ ਹਾਦਸਾ ਨਹੀਂ ਹੋਇਆ ਉਰੇ ਕਿ ਲੋਕ ਇੱਥੇ ਕੋਈ ਔਖੇ ਹੋਏ
या उत्थे पहुँच ना सके। असी उन्होंने जिन्हें ट्रेना मंगियां मैं कहता सी कि 35 करोड़ असी लगा के 500 ट्रेना पहुँचा देनी है, हाले तक 300 कुछ गई ने ट्रेना और तकरीबन 4.5 लाख बंदा अपना और चला गया, होर ने भी जाना है, असी ट्रेन अपने थोड़े घर पहुँचावे। और वही नहीं, मैं ये भी कहा साढ़े डिप्टी कमिश्नर और SSPs नू कि कोई बंदा नहीं मैं देखना चाहता सड़क दे दो पैदल जा रहा हूँ, उन्होंने जोड़ा कोई देखता है कोई कोई पैदल जाता है, सरकारी गड्डी होए रोको बिठाओ बिच और अपने उत्ते स्टेशन पर पहुँचाओ जिते तुम ट्रेन के उत्ते बिठा सको। और जे जे जाना चाहते ने उन्होंने वास्ते रोटी का प्रबंध करो ताकि वह जान दे अपने ट्रेना के अपनी रोटी भी नाल लै सकन। सो ये साढ़े वालों असी उन्हे वीर भैन का जो होर सूबे तो आए हैं साढ़ा धनवाद है, क्योंकि तुम हो कई कई साल उड़े रहे हो, तुसी साड़ी कणक की बिजाई की वाढ़ी की, तुसी झोने की बिजाई की वाढ़ी की, फिर तुसी साड़े फैक्ट्रियां दे विच काम किया और पंजाब की आमदन बढ़ाई है, और असी थोड़े वास्ते ये तो छोटी चीज़ है जो असी थोड़े लिए थोड़ी औखी कड़ी विच असी थोड़ा मदद थोड़ी मदद कर सके। T5 चैनल पंजाबी हुणे सबसक्राइब करो, बैल आइकन पे क्लिक करो।